ਸਤਿ ਸ਼੍ਰੀ ਅਕਾਲ। ਪਿਛਲੇ ਦੋ ਦਿਨਾਂ ਤੋਂ ਜੋ ਕੋਰੋਨਾ ਦੇ ਕੇਸ ਰਾਜਪੁਰੇ ਤੋਂ ਆਏ ਹੈ, ਇਹ ਇੱਕ ਬਹੁਤ ਗੰਭੀਰ ਸਮੱਸਿਆ ਬਣ ਗਈ ਹੈ। ਇੰਨੀ ਗੱਲ ਠੀਕ ਹੈ ਕਿ ਪ੍ਰਸ਼ਾਸਨ ਨੇ ਹੁਣ ਉਹਦਾ ਜਿਹੜੀ ਲਾਈਨ ਸੀ ਉਹ ਪਕੜ ਲਈ, ਇੱਕੋ ਲਾਈਨ ਤੋਂ ਹੀ ਆਏ ਨੇ। ਪਰ ਇਹਦੇ ਲਈ ਵੀ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਪਲੀਜ਼ ਆਪਣੇ ਘਰਾਂ ਦੇ ਵਿੱਚ ਰਹੋ, ਇੱਕ ਦੂਜਿਆਂ ਦੇ ਘਰ ਦੇ ਵਿੱਚ ਜ਼ਿਆਦਾ ਜਾ ਕੇ ਕੋਈ ਪਾਰਟੀ ਜਾਂ ਕੋਈ ਇਹੋ ਜਿਹੀ ਗੱਲ ਨਾ ਕਰੋ, ਕਿਉਂਕਿ ਇਹਦੇ ਨਾਲ ਹੀ ਇਹ ਕਰੋਨਾ ਜਿਹੜੀ ਹੈ ਇਹ ਅੱਗੇ ਵੱਧ ਰਹੀ ਹੈ। ਪ੍ਰਸ਼ਾਸਨ ਨੇ ਬੜੀ ਜਲਦੀ ਬੈਠ ਕੇ ਇਸ ਨੂੰ ਕੰਟੇਨ ਕਰਨ ਦੇ ਲਈ ਕੰਮ ਕੀਤਾ ਔਰ ਇੰਨਾ ਉਹਨਾਂ ਵੱਲੋਂ ਹਦਾਇਤ ਆਈ ਹੈ ਕਿ ਜੇ ਕੋਈ ਉਲੰਘਣਾ ਕਰੂਗਾ ਹੁਣ ਉਸਦੇ ਉੱਤੇ ਬਹੁਤ ਹੀ ਕੜੀ ਸਜ਼ਾ ਮਿਲੇਗੀ। ਸੋ ਪਲੀਜ਼ ਸਾਰੇ ਉਲੰਘਣਾ ਨਾ ਕਰੋ, ਆਪਣੀ ਜ਼ਿੰਮੇਵਾਰੀ ਸਮਝੋ ਔਰ ਆਪਣੀ ਇਹਦੇ ਵਿੱਚ ਹਿੱਸਾ ਪਾਓ ਕਿ ਅਸੀਂ ਇਸ ਮਹਾਂਮਾਰੀ ਨੂੰ ਲੜਾਈ ਕਰਕੇ ਮਾਰ ਸਕੀਏ। ਸਾਰੇ ਸੁਖਤ ਰਹੋ, ਖੁਸ਼ੀ ਰਹੋ ਔਰ ਆਪਣੇ ਘਰਾਂ 'ਚ ਰਹੋ। ਧੰਨਵਾਦ।